ਜੁਗੋ ਜੁਗੋ ਟਾਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم અપਾਰ ਬਖਸ਼ਿਸ਼ ਸ੍ਰੀ ਸਮੇਂ ਸਤਸੰਗਤ ਐ ਸਮਾ ਸੀ ਮਾਣ ਰਹੇ ਆ ਗੁਰੂ ਹਜ਼ੂਰੀ ਨੂੰ ਮਾਣਦੇ ਆ ਆਸਾ ਕੀ ਵਾਰ ਤੇ ਕੀਰਤਨ ਤੋਂ ਪਰੰਤ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦੇ ਗੁਰਵਾਕ ਅਜੇ ਹੁਣੇ ਆਪ ਸਰੋਤ ਪਾ ਰਹੇ ਸੀ ਹੁਣ ਬਣਦੇ ਸਮੇਂ ਵਿੱਚ ਇਹਨਾਂ ਗੁਰਵਾਕਾਂ ਦੇ ਸੀ ਤਕਰੀਰ ਕਰਾਂਗੇ ਸੋ ਆਓ ਮर्यादित ਢੰਗ ਦੇ ਨਾਲ ਗੁਰ ਵਿਚਾਰ ਪ੍ਰਾਰੰਭ ਕਰੀਏ ਸਭ ਤੋਂ ਪਹਿਲਾਂ ਦਾਸ ਦੁਆਰਾ ਬੁਲਾਈ ਫਤਿਹ ਪ੍ਰਵਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਗੁਰ ਹੁਕਮ ਰਾਗ ਤਨਹਾਸਰੀ ਵਿੱਚੋਂ ਆ ਰਿਹਾ ਹੈ ਜੋ ਸਮੁੱਚਾ ਸਰਨਾਵਾ ਹੈ ਇਸ ਸ਼ਬਦ ਦਾ ਤਨਹਾਸਰੀ ਮਹੱਲਾ 5 ਕਰ 12 ਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਤਨਹਾਸਰੀ ਵਿੱਚ ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ ਕਰ 12 ਵਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਨੇ ਜਦੋਂ ਵੀ ਰਾਗ ਵਿਦਿਆ ਦੇ ਮਾਹਰ ਇਸ ਸ਼ਬਦ ਨੂੰ ਤਨਾਸਰੀ ਵਿੱਚ ਗਾਉਣ ਥਾਪ ਗੋਚਰੇ ਰਿਦਮ ਲਈ 12ਵੇਂ ਕਰਨ ਨੂੰ ਇਸਤੇਮਾਲ ਕਰਨਾ ਹੈ ਇਸ਼ਟ ਦਾ ਮੰਗਲ ਹੈ ਮੂਲ ਮੰਤਰ ਦਾ ਸੰਖਿਪਤ ਸਰੂਪ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਓੰਕਾਰ ਹੈ ਅਵਿਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ ਜਿਸ ਨੂੰ ਕਿਹਾ ਗਿਆ ਉਹ ਨਿਰਗੁਣ ਸਰੂਪ ਹੈ ਉਸ ਨਿਰਗੁਣ ਸਰੂਪ ਨੂੰ ਜੋ ਕਾਇਨਾਤ ਦੇ ذرے ذرے وچ زرਖੇzia اس دی ਪ੍ਰਾਪਤੀ ਸਿੱਧੀ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਬਖਸ਼ਿਸ਼ ਨਾਲ ਹੋ ਸਕਦੀ ਹੈ ਉਹਦੇ ਨਾਲ ਅਸੀਂ ਸਾਂਝ ਪਾ ਸਕਦੇ ਹਾਂ ਅੱਗੇ ਬਾਕ ਪ੍ਰਾਰੰਭ ਹੁੰਦਾ ਹੈ ਬਿਲਕੁਲ ਪਹਿਲੀ ਸਤਰ ਰਹਾਉ ਦੀ ਸਤਰ ਹੈ ਜਿਹਦੇ ਅੰਦਰ ਮਹਾਰਾਜ ਨੇ ਸ਼ਬਦ ਦਾ ਮੇਨ ਮੈਸੇਜ ਸਾਡੇ ਸਾਹਮਣੇ ਸਾਨੂੰ ਬਖਸ਼ਿਸ਼ ਕੀਤਾ ਹੈ ਬਚਨੇ ਹੈ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੰਦਨਾ ਹਰ ਵੰਦਨਾ ਅਪਰਭੰਸ਼ ਦਾ ਸ਼ਬਦ ਬਣਦਾ ਹੈ ਵੰਦਨਾ ਵੰਦਨ ਕਰਨਾ ਜਿਸ ਦੀ ਸਿੰਪਲ ਟ੍ਰਾਂਸਲੇਸ਼ਨ ਹੈਗੀ ਏ ਨਮਸਕਾਰ ਕਰਨੀ ਡੰਡੌਤ ਕਰਨੀ ਨਿਮ ਜਾਣਾ ਲਿਫ ਜਾਣਾ ਚੁੱਕ ਜਾਣਾ ਆਪਾਂ ਦੁਨੀਆ ਪੱਧਰ ਦੇ ਤਰਮਾਂ ਨੂੰ ਯਤਰ ਮੰਦੇ ਫਲਸਫੇ ਨੂੰ ਪੜਦੇ ਆਂ ਉਨਾਂ ਦੇ ਵਿੱਚੋਂ ਮਿਲੀ ਹੋਈ ਜੋ ਉਹਨਾਂ ਦੀ ਰਹੁਰੀ ਤਿਆ ਤਰੀਕੇਕਾਰ ਤਵੇ ਆਫ ਲਾਈਫ ਕਹਿ ਲਵੋ ਉਹਦੇ ਅੰਦਰ ਡਿਫਰੈਂਸਸ ਹੈਗੇ ਨੇ ਬਟ देयर ਆਰ ਅ ਲਾਟ ਆਫ ਸਿਮਿਲਰिटीज ਟੂ ਬਹੁਤ ਸਾਰੀਆਂ ਉਹਨਾਂ ਦੀਆਂ ਸਿਮਿਲਰिटीज ਵੀ ਤੁਹਾਨੂੰ ਅਦਰ ਪਹਿਣਗੀਆਂ ਜਿਵੇਂ ਦੁਨੀਆ ਦਾ ਕੋਈ ਧਰਮ ਕੋਈ ਆਸਥਾ ਆ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਅੰਦਰ ਸਿਰ ਝੁਕਾਉਣਾ ਸਜਦਾ ਕਰਨਾ ਆਪਣੇ ਸਰੀਰ ਨੂੰ ਨਿਵਾਉਣਾ ਲਿਫਾਉਣਾ ਇਹ ਤੁਹਾਨੂੰ ਮਿਲ ਜਾਏਗਾ ਹਾਂ ਥੋੜਾ ਡਿਫਰੈਂਟ ਹੋਏਗਾ ਵੱਖਰੇ ਵੱਖਰੇ ਕਲਚਰ ਦੇ ਅਕੋਰਡਿੰਗਲੀ ਵੱਖਰੀਆਂ ਵੱਖਰੀਆਂ ਰਵਾਇਤਾਂ ਦੇ ਮੁਤਾਬਕ ਜਿਵੇਂ ਸੁਪੋਜ਼ 크੍ਰਿਸਚੀਅਨਿਟੀ ਦੇ ਵਿੱਚ ਜਦੋਂ ਕਿਸੇ ਨੂੰ ਹਾਈਐਸਟ ਲੈਵਲ ਦੀ ਰਿਸਪੈਕਟ ਪੇ ਕਰਦੇ ਨੇ ਖਾਸ ਕਰਕੇ ਜਦੋਂ ਕਿਤੇ ਰੱਬ ਜਾਂ ਲਾਰਡ ਜਾਂ ਉਹਨਾਂ ਦੇ ਜਿਹੜਾ ਹੈਗਾ ਪੈਗੰਬਰ ਪ੍ਰੋਫਿਟ ਦੇ ਲੈਵਲ ਤੇ ਤੇ ਉਹ ਜੋ ਕੁਝ ਸਿਰ ਤੇ ਪਾਇਆ ਹੁੰਦਾ ਹੈਟ ਆਫ ਕੈਂਡੀਜਸ ਰੂਪ ਦੇ ਵਿੱਚ ਉਸ ਨੂੰ ਉਤਾਰ ਕੇ ਫਿਰ ਐਵੇਂ ਸਿਰ ਝੁਕਾਉਣ ਦੇ ਸਰੂਪ ਦੇ ਵਿੱਚ ਜਾਂ ਜੇ ਕਿਤੇ ਆਪਨੇ ਚਰਚ ਦੇ ਵਿੱਚ ਬੈਠਿਆਂ ਦਾ ਗੈਸਚਰ ਦੇਖਿਆ ਹੋਏ ਤੇ ਦੋਨੋਂ ਹੱਥ ਇਸ ਰੂਪ ਵਿੱਚ ਕਰਕੇ ਐਵੇਂ ਸਿਰ ਥੱਲੇ ਕਰਕੇ ਸਰੂਪ ਦੇ ਵਿੱਚ ਬਹਿਣਾ ਮਤਲਬ ਸਿਰ ਦਾ ਝੁਕਾਉਣਾ ਹੈ ਸਜਦਾ ਹੈ ਪਰ ਇੱਕ ਡਿਫਰੈਂਟ ਵੇ ਦੇ ਨਾਲ ਆ ਜੇ ਆਪਾਂ ਬੋਧੀਸਤ ਨੂੰ ਦੇਖਦੇ ਹੈਗੇ ਆ ਤੇ ਉਹਨਾਂ ਦੇ ਵੀ ਬੜੇ ਬੜੇ ਸੈਕਟ ਨੇ ਡਿਫਰੈਂਟ ਡਿਫਰੈਂਟ ਕਿਤੇ ਸਾਨੂੰ ਤਾਓ ਸੇ ਬੁੱਧਿਸਟ ਮਿਲ ਜਾਂਦੇ ਨੇ ਜ਼ੈਨ ਬੁੱਧਿਸਟ ਮਿਲ ਜਾਂਦੇ ਨੇ ਥਾਈ ਜਪਨੀਜ਼ देयर ਸੋ ਮਨੀ ਬੁੱਧਿਸ ਸੈਕਟਸ ਐਂਡ ਈਚ ਸੈਕਟ ਹੈਜ਼ देयर ओन ਕਾਈਂਡ ਆਫ ਯੂ ਕੈਨ ਸੇ ਵੇ ਆਫ ਲਾਈਫ ਐਂਡ ਡਿਵੋਸ਼ਨਲ ਪ੍ਰੈਕਟਿਸ ਜਿਹਾ ਪਾ ਥੋੜਾ ਧਿਆਨ ਨਾਲ ਦੇਖੀਏ ਕੁਝ ਬੁੱਧਿਸਟ ਜਿਹੜੇ ਨੇ ਉਹ ਸਜਦਾ ਕਰਨ ਲੱਗਿਆ ਦੋਨੋਂ ਹੱਥ ਅੱਗੇ ਕਰਕੇ ਇਸ ਤਰੀਕੇ ਦੇ ਨਾਲ ਐਵੇਂ ਸਿਰ ਝੁਕਾਉਂਦੇ ਨੇ ਕੁਝ ਜਿਹੜੇ ਨੇ ਉਹ ਇਸ ਤਰੀਕੇ ਨਾਲ ਪੇਟ ਨਾਲ ਦੋਨੋਂ ਹੱਥ ਐਵੇਂ ਲਗਾ ਲੈਂਦੇ ਨੇ ਫਿਰ ਐਵੇਂ ਕਰਦੇ ਨੇ ਕੁਝ ਸਿੱਧੀਆਂ ਬਾਹਾਂ ਇਸ ਰੂਪ ਵਿੱਚ ਰੱਖ ਕੇ ਕੱਲਾ ਸਿਰ ਐਵੇਂ ਕਰਦੇ ਨੇ ਇਸ ਤਰੀਕੇ ਨਾਲ ਆਪਨੇ ਦੇਖਿਆ ਹੋਵੇਗਾ ਪਰ ਸਿਰ ਝੁਕਾਉਣਾ ਸਜਦਾ ਕਰਨਾ ਉਹਨਾਂ ਚ ਵੀ ਮੌਜੂਦ ਆ ਇਨ ਬਿਨ ਦੇ ਇਸਲਾਮਿਕ ਸਕੂਲ ਆਫ ਥੌਟ ਚ ਆ ਜਾਈਏ ਤੁਹਾਨੂੰ ਇੱਥੇ ਆਪਣੇ ਨਮਾਜ਼ਾਂ ਪੜ੍ਹਦੇ ਹੋਏ ਲੋਕ ਦੇਖੇ ਹੋਣਗੇ ਜੇ ਡਾਇਰੈਕਟਲੀ ਨਹੀਂ ਤੇ ਟੀਵੀ ਵਗੈਰਾ ਤੇ ਤੇ ਉਹ ਕਦੀ ਬੈਠਦੇ ਨੇ ਕਦੀ ਖੜੇ ਹੁੰਦੇ ਨੇ ਕਦੀ ਸਿੱਧੀਆਂ ਬਾਹਾਂ ਕਰਦੇ ਨੇ ਕਦੀ ਲੱਕ ਤੇ ਹੱਥ ਰੱਖਦੇ ਨੇ ਇਸ ਤਰੀਕੇ ਨਾਲ ਸਾਰਾ ਉਸ ਰੂਪ ਵਿੱਚ ਹੁੰਦਾ। ਕਲੌ ਤਾਂ ਡੰਡਾਉ ਤੇ ਮੌਜੂਦ ਹੈ ਉੱਥੇ। ਜੇ ਆਪਾਂ ਬਿਲਕੁਲ ਇੰਡੀਅਨ ਉਸ ਸਬ ਕੌਂਟੀਨੈਂਟ 'ਚ ਆ ਜਾਈਏ ਤੇ ਉੱਥੇ ਪਤਾ ਲੱਗਦਾ ਹੈ ਕਿ ਕਿਤੇ ਵੈਰਾਗੀ ਨੇ ਵੈਸ਼ਨਵ ਨੇ ਵੁਖਰੇ ਵੁਖਰੇ ਧਰਮਾਸਥਾਵਾਂ ਰੱਖਣ ਵਾਲੇ ਲੋਕ ਤੇ ਚੁਕਣਾ ਕਿਤੇ ਜੋਗੀ ਡੰਡੇ ਵੱਤ ਲੰਮੇ ਪੈ ਗਏ ਇਸ ਰੂਪ ਵਿੱਚ ਤਾਂ ਨਮਸਕਾਰ ਕਰ ਰਹੇ ਨੇ ਕਿਤੇ ਕਿਸੇ ਰੂਪ ਦੇ ਵਿੱਚ ਸਿਰਫ ਜੈ ਕਰ ਰਹੇ ਨੇ ਜ਼ਮੀਨ ਨੂੰ ਹੱਥ ਲਾ ਕੇ ਮੱਥੇ ਨੂੰ ਹੱਥ ਲਾ ਰਹੇ ਨੇ ਪਰ ਫਿਰ ਸਜਦੇ ਵਿੱਚ ਨਹੀਂ ਆਪਾਂ ਆਪਣੇ ਘਰ 'ਚ ਦੇਖਦੇ ਹਾਂ ਗੁਰਮੁਖੀ ਅੰਦਾਜ਼ ਦੇ ਅੰਦਰ ਨਤਮਸਤਕ ਹੋਣਾ ਮੀਨ ਦੋਨੋਂ ਹੱਥ ਜ਼ਮੀਨ ਤੇ ਰੱਖ ਕੇ ਨੱਕ ਤੇ ਮੱਥੇ ਨੂੰ ਜ਼ਮੀਨ ਤੇ ਲਾਉਣਾ ਇਸ ਰੂਪ ਦੇ ਵਿੱਚ ਇਹ ਮੱਥਾ ਟੇਕਣਾ ਆ ਪਰ ਇਹ ਸਾਰਾ ਰੂਪ ਮਿਲ ਜਾਏਗਾ ਸਾਨੂੰ ਥੋੜਾ ਬਹੁਤਾ ਡਿਫਰੈਂਸਸ ਹੋਣਗੇ ਪਰ ਸਿਰ ਝੁਕਾਉਣਾ ਨਿਮਣਾ ਜਿਹਨੂੰ ਕਹਿੰਦੇ ਵੰਦਨਾ ਇਹ ਮੌਜੂਦ ਆ ਗੁਰੂ ਬਾਬਾ ਜੀ ਨੇ ਬਾਣੀ ਚ ਹਰ ਚੀਜ਼ ਨੂੰ ਬੜੇ मीनिंगफुल ਵੇ ਦੇ ਨਾਲ ਐਕਸਪਲੇਨ ਕੀਤਾ ਆ ਮਹਾਰਾਜ ਕਹਿੰਦੇ ਦੇਖ ਬੰਦੇ ਤੂੰ ਵੰਦਨਾ ਕਰਦਾ ਆ ਨਮਸਕਾਰ ਕਰਦਾ ਆ ਇੱਕ ਗੈਸਚਰ ਬਣਾਉਣਾ ਆ ਰੱਬ ਜੀ ਨੂੰ ਰਿਸਪੈਕਟ ਪੇ ਕਰਨ ਦਾ ਪਰ ਉਹਦੇ ਮਤਲਬ ਸਮਝਦਾ ਜੇ ਤੈਨੂੰ ਮਤਲਬ ਹੀ ਨਹੀਂ ਪਤਾ ਫਿਰ ਉਸ ਗੈਸਚਰ ਦਾ मीनिंग ਹੀ ਕੀ ਰਹਿ ਗਿਆ ਤੇਰੇ ਵਾਸਤੇ ਮਤਲਬ ਕੀ ਹੈ ਮਹਾਰਾਜ ਜਿਨੂੰ ਮੱਥਾ ਟੇਕੀਏ ਉਹਦੀ ਗੱਲ ਮੰਨੀ ਦੀ ਹੈ ਉਹਦੇ ਉਹਦੇ ਹੁਕਮ ਨੂੰ ਮੰਨਿੰਦਾ ਆ ਮੱਥਾ ਟੇਕੜਨਾ ਮਤਲਬ ਹੀ ਇਹ ਹੁੰਦਾ ਆ ਤੇਰਾ ਕਹਿਆ ਸਿਰ ਮੱਥੇ ਬੰਦਾ ਇਹ ਤੋਂ ਬਿਲਕੁਲ ਉਲਟ ਕਰੇ ਉਲਟੇ ਇਸ ਤਰ੍ਹਾਂ ਕਰੇ ਬਾਬਾ ਜੀ ਕਹਿੰਦੇ ਸਲਾਮ ਜਵਾਬ ਦੋਮੈਂ ਕਰੇ ਸਲਾਮ ਵੀ ਕਰੇ ਮੱਥਾ ਵੀ ਟੇਕੇ ਜਵਾਬ ਵੀ ਦੇ ਦੇ ਵੀ ਗੱਲ ਨਹੀਂ ਮੰਨਣੀ ਤੇਰੀ ਨਾ ਫਿਰ ਬਾਬਾ ਜੀ ਕਹਿੰਦੇ ਮੱਥਾ ਟੇਕਣ ਦਾ ਵੀ ਕੀ ਫਾਇਦਾ ਹੈ ਇਥੇ ਵੰਦਨਾ ਤਾਂ ਹੀ ਹੈ ਨਾ ਇਥੇ ਉਸ ਰੂਪ ਵਿੱਚ ਤਾਂ ਹੀ ਫਾਇਦੇਮੰਦ ਹੈ ਲਾਹੇਮੰਦ ਹੈ मीनिंगफुल ਹੈ ਜੇ ਤੂੰ ਉਸ ਨੂੰ ਉਸ ਲੈਵਲ ਤੇ ਅਡਾਪਟ ਕਰ ਰਿਆ ਤੇ ਜੇ ਨਹੀਂ ਸਲਾਮ ਜਵਾਬ ਦੋਮੈਂ ਕਰੇ ਮੁੱਢੋਂ ਕੁੱਥਾ ਜਾਏ ਮੂਲੋਂ ਹੀ ਕੁੱਥ ਗਿਆ ਐਕਚੁਅਲੀ ਤੋ ਸਹੀ ਚੀਜ਼ ਨੂੰ ਇਸ ਤਰੀਕੇ ਨਾਲ ਇਸ ਨੂੰ ਸਮਝਿਆ ਹੀ ਨਹੀਂ ਇਸ ਨੂੰ ਪ੍ਰਿੰਸੀਪਲ ਹਰਪਜਨ ਸਿੰਘ ਸਾਡੇ ਲੰਬਾ ਸਮਾਂ ਐਸਜੀਪੀਸੀ ਜੋ ਅਦਾਰਾ ਰਨ ਕਰਦੀ ਹੈਗੀ ਏ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਉਹਦੇ ਉਹ ਕਰਤਾ ਤਰਤਾ ਰਹੇ ਕੁਝ ਕਿਤਾਬਾਂ ਲਿਖੀਆਂ ਉਹਨਾਂ ਨੇ ਬੜੀਆਂ ਗੁਰਮਤ ਦੀ ਵਿਆਖਿਆ ਦੇ ਵਿੱਚ ਇੱਕ ਮੈਟਾਫੋਰ ਦਿੰਦੇ ਬੜਾ ਖੂਬਸੂਰਤੇ ਦੇ ਉੱਤੇ ਸਲਾਮ ਜਵਾਬ ਦੋ ਮੈਂ ਕਰੇ ਮੁੱਢੋ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਂੇ ਨਾ ਕਾਈ ਪਾਏ ਇਹ ਨਾਨਕ ਚਲੋ ਜਵਾਬ ਦੇਣਾ ਤੇ ਕੂੜਾ ਹੈ ਹੀ ਹੈ ਮੱਥਾ ਟੇਕਣਾ ਵੀ ਕੂੜਾ ਹੋ ਗਿਆ ਬੇਕਾਰ ਹੋ ਗਿਆ ਕਿਸੇ मीनिंग ਵਿੱਚ ਨਹੀਂ ਆਇਆ ਉਹ ਕਹਿੰਦੇ ਉਹ ਕਿਸ ਤਰ੍ਹਾਂ ਉਹ ਵਿਆਖ ਉਹਦੀ ਵਿਆਖਿਆ ਚ ਐਗਜ਼ਾਮਪਲ ਕਰ ਦੇ ਕਹਿੰਦੇ ਕਿਸੇ ਦਾ ਬਜ਼ੁਰਗ ਪਿਤਾ ਮਾਤਾ ਸਪੋਜ਼ ਕਰੋ ਮਤਲਬ ਦਰਵਾਜ਼ੇ ਤੇ ਬੈਠਾ ਆ ਮੰਜਾ ਢਾਕੇ ਮੂੜਾ ਢਾਕੇ ਤੇ ਬਾਹਰੋਂ ਬੇਟਾ ਬੇਟੀ ਕੋਈ ਆਏ ਨੇ ਤੇ ਆ ਕੇ ਆਪਣੇ ਪਿਤਾ ਨੂੰ ਮਾਂ ਨੂੰ ਨਮਸਕਾਰ ਕਰਦੇ ਨੇ ਉਹ ਤੇ ਗੋਡੀਆਂ ਹੱਥ ਲਾਉਂਦੇ ਪੈਰ ਹੀ ਹੱਥ ਲਾਉਂਦੇ ਉਹਨੂੰ ਕਹਿੰਦੇ ਮਾਂ ਨਮਸਕਾਰ ਕਰਦਾ ਆ ਤੈਨੂੰ ਮਾਂ ਸਤਿ ਸ੍ਰੀ ਅਕਾਲ ਬੁਲਾਉਣਾ ਮਾਂ ਤੇਨੂੰ ਮੱਥਾ ਟੇਕਦਾ ਆ ਪਿਤਾ ਜੀ ਮੱਥਾ ਟੇਕਦਾ ਆ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਬਹੁਤ ਵਧੀਆ ਬੜੀ ਰਿਸਪੈਕਟ ਪੇ ਕੀਤੀ ਮੇਰੇ ਬੱਚੇ ਨੇ ਮੈਨੂੰ ਉਹ ਬਹੁਤ ਸਾਰੀਆਂ ਅਸੀਸਾਂ ਦਿੰਦਾ ਪਰ ਨਾਲ ਇਹ ਕਹਿੰਦਾ ਬੇਟਾ ਅੰਦਰ ਜਾ ਰਿਹਾ ਮੈਨੂੰ ਪਾਣੀ ਦਾ ਗਲਾਸ ਪਕੜਾਈ ਠੀਕ ਹੈ ਜੀ ਚਲਾ ਗਿਆ ਅੰਦਰ کافی دیر ਪਾਣੀ ਨਹੀਂ ਆਇਆ ਹੁਣ ਕੀ ਹੋਇਆ ਦੁਬਾਰਾ ਫਿਰ ਆਵਾਜ਼ ਦਿੱਤੀ ਬੇਟਾ ਮੇਰੀ ਗੱਲ ਸੁਣ ਮੈਂ ਤੈਨੂੰ ਕੁਝ ਕਿਹਾ ਸੀਗਾ ਬਾਹਰ ਆਵੇ ਆ ਕੇ ਫਿਰ ਕਹੇ ਪਿਤਾ ਜੀ ਮੱਥਾ ਟੇਕਦਾ ਪਿਤਾ ਜੀ ਨਮਸਕਾਰ ਕਰਦਾ ਆ ਉਹ ਕਿ ਉਹ ਤੇ ਠੀਕ ਹੈ ਪਰ ਪਾਣੀ ਦਾ ਗਲਾਸ ਫਿਰ ਚਲਾ ਜਾਏ ਫਿਰ ਲੈ ਕੇ ਆਵੇ ਦੋ ਤਿੰਨ ਵਾਰੀ ਇਸੇ ਤਰੀਕੇ ਨਾਲ ਹੋ ਜਾਏ ਚਲਾ ਜਾਏ ਗੱਲ ਨਾ ਮੰਨੇ ਸਿਰਫ ਬਾਹਰ ਆਵੇ ਤੇ ਮੱਥਾ ਟੇਕ ਜਾਏ ਕਹਿੰਦੇ ਡਕੀਨਣ ਤਾਰ ਤੇ ਉਹ ਬਜ਼ੁਰਗ ਕਹੇਗਾ ਉਹ ਮਾਂ ਕਹੇਗੀ ਉਹ ਪਿਤਾ ਕਹੇਗਾ ਪੱਠ ਪਏ ਤੇਰੇ ਮੱਥਾ ਟੇਕਣ ਨੂੰ ਪੱਠ ਪਏ ਤੇਰੇ ਨਮਸਕਾਰ ਕਰਨ ਨੂੰ ਜੇ ਤੂੰ ਆਖੇ ਹੀ ਨਹੀਂ ਲੱਗਣਾ ਜੇ ਤੂੰ ਗੱਲ ਹੀ ਨਹੀਂ ਮੰਨਣੀ ਫਿਰ ਕੀ ਫਾਇਦਾ ਅਬ ਇਹ ਕਹਿੰਦੇ ਇਹੀ ਅਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁੱਥਾ ਜਾਏ ਮੂਲੋਂ ਕੁੱਥ ਗਿਆ ਬਿਲਕੁਲ ਦੇ ਮੁਕਾਬਲ ਤਨ ਮਹਾਰਾਜ ਨੇ ਹੋਰ ਮਸਾਲਾ ਦਿੱਤੀਆ ਮਹਾਰਾਜ ਕਹਿੰਦੇ ਅਪਰਾਧੀ ਦੁਣਾ ਨਹੀਂ ਵੈ ਜੋ ਹੰਤਾ ਮਿਰਗਾ ਹੈ ਕਦੀ ਮਿਰਗਾ ਦਾ ਸ਼ਿਕਾਰ ਕਰਨ ਵਾਲੇ ਜਿਹੜੇ ਸ਼ਿਕਾਰੀ ਹੁੰਦੇ ਨੇ ਹੰਟਰਸ ਹੁੰਦੇ ਨੇ ਉਹਨਾਂ ਨੂੰ ਦੇਖੋ ਤੁਸੀਂ ਜ਼ਮੀਨ ਤੇ ਆ ਲੰਮੇ ਪੈ ਜਾਂਦੇ ਨੇ ਬਿਲਕੁਲ ਸਾਹ ਵੀ ਨਹੀਂ ਲੈਂਦੇ ਕਹਿੰਦੇ ਨੇ ਕੋਈ ਬੰਦਗੀ ਥੋੜਾ ਕਰ ਰਹੇ ਨੇ ਨਾ ਇਹ ਤੇ ਆਪਣਾ ਸ਼ਿਕਾਰ ਫੁੰਡ ਰਹੇ ਨੇ ਬੰਦੇ ਨੂੰ ਇਹਦੇ ਨਾਲ ਮੈਟਾਫੋਰਿਕ ਵੈਨਲ ਐਗਜ਼ਾਮਪਲ ਕਰਕੇ ਸਮਝਾਇਆ ਕਿ ਤੇਰੇ ਮੱਥੇ ਟੇਕਣੇ ਇਹੀ ਤੇ ਨਹੀਂ ਨਾ ਮੱਥਾ ਟੇਕਣ ਦਾ ਮਤਲਬ ਹੈ ਗੁਣ ਗਾਵੋ ਗੋਪਾਲ ਰਾਏ ਉਸ ਗੋਪਾਲ ਰਾਏ ਦੇ ਜਿਹੜਾ ਗੋ ਕਹਿੰਦੇ ਧਰਤੀ ਨੂੰ ਪਾਲ ਕਹਿੰਦੇ ਪਾਲਣ ਵਾਲਾ ਰਾਏ ਜੀ ਦੀ ਹਕਮਰਾਨੀਅਤ ਆ ਜਿਹੜਾ ਅਸਲ ਵਿੱਚ ਹੁਕਮ ਦੇਣ ਵਾਲਾ ਹੁਕਮ ਚਲਾਉਣ ਵਾਲਾ ਆ ਉਹਦਾ ਗੁਣਗਾਨ ਕੀਤਾ ਜਾਏ ਉਹਦੀ ਵਡਿਆਈ ਕੀਤੀ ਜਾਏ ਉਹਦੀ ਵਡਿਆਈ ਮੈਂ ਕਵਾਂ ਰੱਬ ਬੜਾ ਬੇਅੰਤ ਆ ਬੜਾ ਦਿਆਲੂ ਹੈ ਨਿਰਵੈਰ ਆ ਨਿਰਭਉ ਆ ਇਹ ਸਭ ਮੈਂ ਮੂੰਹ ਨਾਲ ਕਹਿ ਰਿਹਾ ਪਰ ਮੇਰੇ ਜੀਵਨ ਦੇ ਅਮਲਾਂ 'ਚ ਉਹਦੀ ਕੋਈ ਪਰਛਾਈ ਨਹੀਂ ਬਾਬਾ ਜੀ ਕਹਿੰਦੇ ਕੋਈ ਗੁਣਗਾਨ ਨਹੀਂ ਗੁਣਗਾਨ ਤੇ ਹੈ ਜੋ ਮੂੰਹ ਨੇ ਕਿਹਾ ਜੁਬ ਖਾਨਿਆ ਜੋ ਬੋਲਿਆ ਉਹ ਜੀਵਨ ਹੀ ਆਪਣੇ ਚ ਆ ਜਾਏ ਇਹ ਹੈ ਗੁਣ ਗਾਵੋ ਗੋਪਾਲ ਰਾਏ ਇਨ ਦੀਡ ਬਾਬਾ ਜੀ ਸਾਨੂੰ ਕਹਿੰਦੇ ਜਿਹੜੀ ਭਗਤੀ ਭਾਵਿਆ ਜਿਸ ਨੂੰਸੀਂ ਮਨਿਚ ਪੜਨੇ ਆ ਅਧਿਆਤਮ ਕਰਮ ਕਰੇ ਤੈ ਸਾਚਾ ਅਧਿਆਤਮ ਤੇ ਲਫ਼ਜ਼ ਬੜਾ ਸਾਡੇ ਉਸ ਖਿੱਤੇ ਚ ਵਾਰ ਵਾਰ ਬੋਲਿਆ ਜਾਂਦਾ ਹੈ ਅਧਿਆਤਮਕਤਾ ਆ ਅਧਿਆਤਮ ਆ ਅਧਿਆਤਮ ਆ ਪਰ ਇਹ ਕਹਿੰਦੇ ਅਧਿਆਤਮ ਗੱਲਾਂ ਬਾਤਾਂ ਚ ਨਹੀਂ ਹੁੰਦਾ ਅਧਿਆਤਮ ਉਹਦਾਂ ਹੀ ਜਣੋ ਅਧਿਆਤਮ ਹੈ ਕਰੇ ਤਾਂ ਸਾਚਾ ਜਦੋਂ ਕਰਮ ਕਰੇ ਤੇ ਸੱਚਾ ਕਰਮ ਕਰੇ ਮੁਕਤ ਭੇਦ ਕਿਆ ਜਾਣਨਾ ਕਾਚਾ ਜਿਹੜਾ ਕੱਚਾ ਆ ਕਹਿ ਕੁਜਰਿਆ ਮਤਲਬ ਕੁਝ ਦੇ ਹੈ ਟਿਕਾਣਾ ਥਾ ਟਿਕਾਣਾ ਹੈ ਨਹੀਂਗਾ ਉਹਨੂੰ ਕੋਈ ਪਤਾ ਨਹੀਂ ਮੁਕਤੀ ਅਧਿਆਤਮਕਤਾ ਕੀ ਹੁੰਦੀ ਹੈ ਉਹ ਤੇ ਸਿਰਫ ਕਿਸੇ ਭਲੇਖੇ ਜਿਹਾ ਜਿਵੇਂ ਹਿਰਨਾ ਦਾ ਸ਼ਿਕਾਰ ਖੇਡਣ ਗਿਆ ਸ਼ਿਕਾਰੀ ਜ਼ਮੀਨ ਤੇ ਲੰਮਾ ਪਿਆ ਸੋਚੇ ਮੈਂ ਵੀ ਤੇ ਭਗਤੀ ਕਰ ਹੀ ਰਿਹਾ ਵਾਂ ਮੈਂ ਵੀ ਤੇ ਨਮਸਕਾਰਾਂ ਕਰ ਹੀ ਰਿਹਾ ਜ਼ਮੀਨ ਤੇ ਲੰਮਾ ਪਿਆ ਮੈਂ ਭਈ ਗੱਲ ਇਹ ਹੈ ਇਹ ਕੋਈ ਭਗਤੀ ਨਹੀਂ ਇਹ ਤੇ ਸਿਰਫ ਇੱਕ ਆਪਣੇ ਸਵਾਰਥ ਦੀ ਸਿੱਧੀ ਹੋ ਰਹੀ ਹੈ ਇਹਦੇ ਉੱਤੇ ਮਹਾਰਾਜ ਨੇ ਬਿਆਨ ਕੀਤਾ ਗੁਣ ਗਾਵੋ ਗੋਪਾਲ ਰਾਏ ਰਹਾਓ ਅਗਲੇਰੇ ਬੰਦਾਂ ਚ ਵਿਆਖਿਆ ਇਹ ਦੀ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਵੱਡਾ ਭਾਗ ਕਿਤੇ ਭਾਗ ਮਥੂਰ ਹੋ ਜਾਣ ਇਸ ਤਰ੍ਹਾਂ ਜਾਣੀਏ ਕਰਤਾਰੀ ਕੁਦਰਤ ਇਹ ਤੇ ਨਹੀਂ ਬਿਲਕੁਲ ਅਨਜਸਟਿਸ ਕਰਦੀ ਉਤੇ ਬੜੀ ਨਿਆਂ ਕਰਨ ਵਾਲੀ ਹੈ ਸਾਡੇ ਆਲੇ-ਦੁਆਲੇ ਸਿਚੁਏਸ਼ਨਸ ਕ੍ਰੀਏਟ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਜੀਵਨ ਦੇ ਵਿੱਚ ਆਪਣੇ ਆਪ ਨੂੰ ਕੁਝ ਬਣਾਉਣ ਦਾ ਕਿਸੇ ਮੌਕੇ ਦੇ ਉੱਤੇ ਕਿਸੇ ਜਗ੍ਹਾ ਤੇ ਲਿਜਾਣ ਦਾ ਮੌਕਾ ਬਣਦਾ ਆ ਡਿਪੈਂਡ ਕਰਦਾ ਸੀ ਉਹਨੂੰ ਅਵੇਲ ਕਰਦੇ ਆ ਕਿ ਨਹੀਂ ਕਰਦੇ ਉਹ ਵੱਡੇ ਭਾਗ ਭੇਟੇ ਗੁਰਦੇਵਾ ਗੁਰੂ ਦੇਵ ਨੂੰ ਭੇਟ ਹੋਣ ਦੇ ਕਿਤੇ ਚਾਂਸਸ ਮਿਲਨ ਹੁਣ ਇਸ ਤਰ੍ਹਾਂ ਆ ਕਦੀ ਲੋਕਾਂ ਨੂੰ ਗੁਰੂ ਦਾ ਵੀ ਨਹੀਂ ਸੀ ਪਤਾ ਬੰਦੇ ਬੰਦਿਆਂ ਦੀ ਪੂਜਾ ਕਰੀ ਜਾਂਦੇ ਸੀਗੇ ਤੇ ਜਿਹਦੀ ਪੂਜਾ ਹੋ ਰਹੀ ਉਹਨੂੰ ਨਹੀਂ ਪਤਾ ਕਿਉਂ ਪੂਜਾ ਹੋ ਰਹੀ ਜਿਹੜਾ ਕਰ ਰਿਹਾ ਉਹਨੂੰ ਨਹੀਂ ਪਤਾ ਕਿਉਂ ਹੋ ਰਹੀ ਹੈ ਮਹਾਰਾਜ ਨੇ ਸਾਰੇ ਨੂੰ ਬਦਲ ਕੇ ਇੱਕ ਨਵੇਂ ਸਨੈਰੀਓ ਚ ਲੈ ਆਂਦਾ ਗ੍ਰੰਥ ਸਾਹਿਬ ਦੀ ਸਥਾਪਤੀ ਕਰ ਦਿੱਤੀ ਗ੍ਰੰਥ ਮਰਕਜ਼ ਬਣਾ ਦਿੱਤਾ ਸਾਡਾ ਆਸਥਾ ਦਾ ਕਿਆ ਗੁਰੂ ਗ੍ਰੰਥ ਹੀ ਗੁਰੂ ਹੈ ਤੇਰਾ ਇਹੀ ਅਗਵਾਈ ਕਰੇਗਾ ਗੁਰੂ ਸਹੀ ਰੂਪ ਵਿੱਚ ਸਾਨੂੰ ਸਮਝਾਤਾ ਗੁਰੂ ਕੀ ਹੈ ਗੁਰੂ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪ੍ਰਤੱਖ ਗੁਰੂ ਨਿਸਤਾਰ ਹੈ ਪ੍ਰਤੱਖ ਗੁਰੂ ਕੋਈ ਪ੍ਰੋਕਸ਼ ਨਹੀਂਗਾ ਕੋਈ ਇਨਡਾਇਰੈਕਟ ਤੁਹਾਡੇ ਹਾਸਤੇ ਮੀਡੀਏਸ਼ਨ ਨਹੀਂ ਹੋ ਰਹੀ ਡਾਇਰੈਕਟ ਜਿਸ ਸਕੂਲ ਆਫ ਥਾਟ ਨੇ ਤੁਹਾਨੂੰ ਉਸ ਸਪਿਰਚੁਅਲ ਲੈਵਲ ਤੇ ਕਿਸੇ ਹਾਇਰ ਸਕੂਲ ਆਫ ਥਾਟ ਨਾਲ ਅੰਗੇਜ ਕਰਨਾ ਆ ਜਾਂ ਉਸ ਡਿਵਾਈਨ ਨਾਲ ਅੰਗੇਜ ਕਰਨਾ ਆ ਉਹੀ ਤੁਹਾਨੂੰ ਦੇ ਦਿੱਤਾ ਪਰ ਉਹ ਮੌਜੂਦ ਆ ਉਹਦਾ ਪ੍ਰਕਾਸ਼ ਹੋ ਰਿਹਾ ਹੈ ਉਹਦਾ ਪਾਠ ਹੋ ਰਿਹਾ ਹੈ ਕੀਰਤਨ ਹੋ ਰਿਹਾ ਹੈ ਪਰ ਕੀ ਅਸੀਂ ਵਾਕਿਆ ਵਿੱਚ ਉਹਨੂੰ ਭੇਟ ਹੋ ਰਹੇ ਆ ਕਿ ਵਾਕਿਆ ਵਿੱਚ ਅਸੀਂ ਉਹਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰ ਪਾ ਰਹੇ ਆ ਅਸੀਂ ਉਹਦੀਆਂ ਰਾਵਾਂ ਵਿਚਾਰਾਂ ਨੂੰ ਉਸ ਤਰੀਕੇ ਦੇ ਨਾਲ ਪ੍ਰਸੀਵ ਕਰ ਰਹੇ ਆ ਪ੍ਰੋਸੈਸ ਕਰ ਰਹੇ ਆ ਅਡਾਪਟ ਕਰ ਰਹੇ ਆ ਮਹਾਰਾਜ ਕਹਿੰਦੇ ਜੇ ਕੋਈ ਕਰ ਰਿਹਾ ਵਡ ਭਾਗ ਹੀ ਹੈ ਜੇ ਕੋਈ ਸਿਚੁਏਸ਼ਨ ਨੂੰ ਅਵੇਲ ਕਰ ਰਿਹਾ ਉਸ ਲੈਵਲ ਤੇ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਕੋਟ ਪ੍ਰਾਧ ਪ੍ਰਾਧ ਜਿਹਨੂੰ ਅਸੀਂ ਅਪਰਾਧ ਕਹਿੰਦੇ ਨੇ ਕ੍ਰਾਈਮ ਇਸ ਤਰ੍ਹਾਂ ਜਾਣੀਏ ਲੋਕਾਂ ਨੇ ਕਿਹਾ ਪਾਪ ਤੇ ਅਪਰਾਧ 'ਚ ਕੀ ਫਰਕ ਹੈ ਕਹਿੰਦੇ ਪਾਪ ਕਿਸੇ ਚੀਜ਼ ਬਾਰੇ ਸੋਚਣਾ ਆ ਅਪਰਾਧ ਉਹ ਤੇ ਐਕਟ ਕਰ ਦੇਣਾ ਆ ਇਹ ਵਿਆਖਿਆ ਬੜੀ ਸਰਲ ਲੱਗਦੀ ਹੈ ਪਰ ਸਚਾਈ ਵਿੱਚ ਇਹ ਹੈ ਜੋ ਬੰਦਾ ਸੋਚਦਾ ਆ ਉਹਦੇ ਵੀ ਕੁਝ ਸੋਰਸ ਹੁੰਦੇ ਨੇ ਉਹਦੇ ਵੀ ਕਿਤਨੇ ਕਿਤੋਂ ਵਿਚਾਰ ਆਉਂਦੇ ਨੇ ਤੇ ਜੋ ਸੋਚਦਾ ਆ ਉਹ ਕਿਤੇ ਨਾ ਕਿਤੇ ਅੰਸ਼ ਮਤਰੂਪ ਦੇ ਵਿੱਚ ਬੰਦਾ ਅਪਲਾਈ ਜ਼ਰੂਰ ਕਰਦਾ ਆ ਅਕਸਰ ਚੀਜ਼ਾਂ ਸੋਸਾਇਟੀ ਦੀ ਪਕੜ ਚ ਆ ਜਾਂਦੀਆਂ ਜਿੱਥੇ ਪਕੜ ਚ ਆ ਜਾਂਦੀਆਂ ਉਥੇ ਅਥਾਰਟिटीज ਇਨਵੋਲਵ ਹੋ ਜਾਂਦੀਆਂ ਤੇ ਉਹਦੇ ਉੱਤੇ ਉਹਦੇ ਜਿਹੜੇ ਕੌਨਸੀਕਵੈਂਸਸ ਨੇ ਉਹਦੇ ਰਿਜ਼ਲਟਸ ਨੇ ਉਸ ਨੂੰ ਭੁਗਤਣ ਲਈ ਦੇ ਦਿੱਤੇ ਜਾਂਦੇ ਪਰ ਵੱਡੇ ਪੱਧਰ ਤੇ ਪਤਾ ਹੀ ਨਹੀਂ ਲੱਗਦਾ ਮੈਂ ਸਪੋਜ਼ ਕਰੋ ਮੈਂ ਹੁਣ ਪ੍ਰिजन ਸੈਟਿੰਗ ਵਿੱਚ ਕੰਮ ਕਰਦਾ ਆ ਵੱਡੇ ਲੈਵਲ ਤੇ ਜਿਆਦਾ ਕੰਮ ਸਾਡਾ ਉੱਥੇ ਹੁੰਦਾ ਆ ਤੇ ਉੱਥੇ ਕਿਸੇ ਨੂੰ ਇਹ ਕਨਵੈਂਸ ਕਰ ਪਾਉਣਾ ਕਿ ਤੂੰ ਸੁਧਰ ਸਕਦਾ ਹੈ ਤੂੰ ਬਦਲ ਸਕਦਾ ਹੈ ਬੜਾ ਔਖਾ ਹੈ ਕਿਉਂਕਿ ਬੰਦੇ ਦੇ ਉੱਤੇ ਆਲਰੇਡੀ ਬੰਦੇ ਨੂੰ ਕੀ ਕਹੋਗੇ ਕ੍ਰਿਮੀਨਲ ਪਿੱ ਤੂੰ ਗਲਤ ਕੰਮ ਕਰਿਆ ਕ੍ਰਿਮੀਨਲ ਬਣ ਜਾਏਗਾ ਜੇਲ੍ਹ ਚਲਾ ਜਾਏਗਾ ਉੱਥੇ ਚਲਾ ਗਿਆ ਆਲਰੇਡੀ ਮੋਰ ਲੱਗ ਗਈ ਹੁਣ ਜੋ ਮਰਜ਼ੀ ਹੋ ਜਾਏ ਇਹ ਥੋੜਾ ਕੋਈ ਕੋਣ ਉਸ ਨੂੰ ਕ੍ਰਿਮੀਨਲ ਨਹੀਂ ਕਹੇਗਾ ਓਏ ਯਾਰ ਇਹ ਕ੍ਰਿਮੀਨਲ ਕ੍ਰਿਮੀਨਲ ਰੈਕਟ ਆ ਤੇਰਾ સુધારਣ ਦੀ ਮੇਹਰ ਹੀ ਕੋਈ ਨਹੀਂ ਹੁਣ ਉਹਨਾਂ ਨੂੰ ਅਹਿਸਾਸ ਕਰਾਉਣਾ ਕਿ ਐਕਚੁਅਲ ਲੈਵਲ ਤੇ ਗਲਤੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਪਰ ਬੰਦਾ ਬੰਦਾ ਗਲਤੀ ਕਰਕੇ ਦੁਹਰਾਏ ਇਹ ਠੀਕ ਨਹੀਂ ਪਰ ਉਹ ਕਹਿਣਗੇ ਨਹੀਂ ਅਸੀਂ ਤੇ ਵਾਕਿਆੱਚ ਹੀ ਗਲਤਿਆਂ ਭਈ ਗਲਤ ਤੇ ਸਾਰੇ ਹੀ ਹਾਂ ਅਸੀਂ ਮੌਕਾ ਬਣੰਦੀ ਦੇ ਰਿਹਾ ਆਬ ਮਾਫੀ ਚਾਹਾਂਗਾ ਮੈਂ ਜੇ ਮੈਂ ਸਪੋਜ਼ ਮੈਂ ਕੋਈ ਐਗਜ਼ਾਮਪਲ ਕਰਦਾ ਭਈ ਹਾਈਵੇ ਤੇ ਸਪੀਡ ਲਿਖੀ ਹੈ 90 ਤੇ ਮੈਂ ਮੈਂ ਜਾ ਰਿਹਾ ਹਾਂ 100 5 ਤੇ ਔਰ 10 ਤੇ ਹੁਣ ਇਹ ਤੇ ਨਹੀਂ ਹੈਗਾ ਵੀ ਮੈਂ ਕਹਾ ਮੈਂ ਬੜਾ ਇਮਾਨਦਾਰ ਹਾਂ ਐਕਚੁਅਲੀ ਮੈਂ ਵੀ ਆਪਣੀ ਮਰਜ਼ੀ ਮੁਤਾਬਕ ਕੁਛ ਤੇ ਕਰ ਹੀ ਰਿਹਾ ਹਾਂ ਹੈਗਾ ਤੇ ਜੇ ਦੇਖਿਆ ਜਾਏ ਲੀਗਲ ਨਜ਼ਰੀਏ ਤੇ ਅਪਰਾਧ ਹੀ ਹੈ ਬਿਕੋਜ਼ ਯੂ ਆਰ ਨਾਟ ਓਬਈਂਗ ਦ ਸਪੀਡ ਸਾਈਨ ਹਾਂ ਪਕੜੇ ਗਏ ਕ੍ਰਾਈਮ ਹੋ ਜਾਏਗਾ ਨਾ ਪਕੜੇ ਗਏ ਠੀਕ ਹੈ ਮੋਸਟਲੀ ਵੀ ਡੂ ਥੈਟ ਇਹ ਜੀਵਨ ਆਪਨ ਦੇ ਤੇ ਇਸ ਅਕਸਰ ਰਹਿੰਦਾ ਆ ਪਰ ਇਹ ਪ੍ਰਵਿਰਤੀ ਹੌਲੀ ਹੌਲੀ ਇਹ ਨਹੀਂ ਕਿ ਬਦਲ ਨਹੀਂ ਸਕਦੀ ਬਦਲ ਸਕਦੀ ਹੈ ਬਿਲਕੁਲ ਬੰਦਾ ਜਿਹੜਾ ਐਕਚੁਅਲੀ ਕ੍ਰਾਈਟੇਰੀਆ ਬਣਦਾ ਆ ਅਸੂਲਾਂ ਦਾ ਉਸ ਨੂੰ ਫੋਲੋ ਕਰਨ ਲੱਗ ਜਾਂਦਾ ਪ੍ਰਭੂ ਜੀ ਕਹਿੰਦੇ ਜਿੱਥੇ ਕਿਤੇ ਗੁਰੂ ਸੁਰਤਿ ਚ ਵਰਤੇ ਥਿੰਕ ਆ ਹੈਡ ਕਰੇ ਅਗੋਂ ਦੇ ਜੇ ਚੇਤੀ ਆ ਤਾਂ ਕਾਇਤ ਮਿਲੈ ਸਜਾਏ ਬੰਦਾ ਪਹਿਲਾਂ ਹੀ ਕਹੇ ਵੀ ਨਹੀਂ ਭਾਈ ਇਹਦੀ ਇਹ ਕੰਮ ਨਹੀਂ ਕਰਨਾ ਇਸ ਰੂਪ ਦੇ ਵਿੱਚ ਇਹ ਚੀਜ਼ਾਂ ਬੰਦੇ ਦੀ ਸੁਰਤੇ ਚ ਆ ਜਾਂਦੀਆਂ ਇਸ ਤਰੀਕੇ ਨਾਲ ਸਾਬ ਕਹਿੰਦੇ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਕਰੋਣਾ ਅਪਰਾਧ ਬੰਦਾ ਹਰੀ ਸੇਵਾ ਦੇ ਜ਼ਰੀਏ ਆਪਣੇ ਜੀਵਨ ਵਿੱਚੋਂ ਕੱਢ ਸਕਦਾ ਹੈ ਬਾਹਰ ਚਰਨ ਕਮਲ ਜਾ ਕਾ ਮਨ ਰਾਪੈ ਰਾਪੈ ਕਿਸੇ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਇਨਵੋਲ ਹੋ ਜਾਣਾ ਜਿਵੇਂ ਭੌਰਾ ਹੁੰਦਾ ਹੈ ਨਾ ਤੇ ਫੁੱਲ ਦੇ ਵਿੱਚ ਬੈਠਦਾ ਤੇ ਉਹ ਬਿਲਕੁਲ ਉਹਦੇ ਨਾਲ ਆਪਣੇ ਆਪ ਨੂੰ ਜਿਹੜਾ ਹੈਗਾ ਗੜੂੰਦ ਕਰ ਲੈਂਦਾ ਚਰਨ ਕਮਲ ਜਾਂ ਕਾਮਨ ਰੱਪੈ ਕੌਲ ਰੂਪੀ ਚਰਨ ਜਿਹੜੇ ਰੱਬ ਦੇ ਨੇ ਉਹਨਾਂ 'ਚ ਮਨ ਰੱਪ ਜਾਏ ਮਨ ਦੀ ਪ੍ਰਵਿਰਤੀ ਕੁਝ ਇਸ ਤਰ੍ਹਾਂ ਦੀ ਮੰਨੀ ਜਾਂਦੀ ਏ ਇਹ ਕੁਝ ਚੰਗਾ ਵੀ ਸੋਚ ਲੈਂਦਾ ਬਹੁਤਾ ਬੁਰਾ ਹੀ ਸੋਚੀ ਜਾਂਦਾ ਇਹ ਮਿਕਸਚਰ ਕਰਦਾ ਹੈ ਸਰੂਪ ਤੇ ਵਿੱਚ ਕਿਤੇ ਚੰਗਿਆਈ ਅਛਿਆਈ ਬਿਲਕੁਲ ਅਪੀਲ ਕਰ ਜਾਏ ਇਸ ਮਨ ਨੂੰ ਉਹਦੇ ਵਿੱਚ ਹੀ ਗੜੁੰਦ ਹੋ ਜਾਏ ਹਾਲਾਤ ਸਰਕਮਸਾਂਸ ਜੈਸੇ ਮਰਜੀ ਆਲੇ ਦਿਵਾਲੇ ਹੋਣ ਮਨ ਕਦੀ ਵੀ ਉਸ ਮਾੜੇ ਪਾਸੇ ਨਾ ਜਾਵੇ ਚਰਨ ਕਮਲ ਜਾਂ ਕਾਮਨ ਰਾਪੈ ਜਿਹਦਾ ਮਨ ਇਸ ਤਰੀਕੇ ਨਾਲ ਰੱਪ ਗਿਆ ਸੋਗ ਅਗਨ ਤਿਸ ਜਨ ਨਾ ਬਿਆਪੈ ਸੋਗ ਅਗਨ ਸੋਗ ਜਿਸ ਨੂੰ ਅਸੀਂ ਸੈਡਨੈਸ ਕਹਿੰਨੇ ਆ ਡਿਪਰੈਸਿਵ ਥਿੰਕਿੰਗ ਕਹਿੰਨੇ ਆ ਇਹ ਬੰਦੇ ਚ ਰਹਿੰਦੀ ਹੈ ਬੰਦਾ ਉਦਾਸੀਨ ਅਵਸਥਾ ਦੇ ਵਿੱਚ ਜਾਂਦਾ ਰਹਿੰਦਾ ਆ ਵਾਰ-ਵਾਰ ਜਿਹੜਾ ਆਪਣੇ ਆਪ ਨੂੰ ਅ ਚਿੰਤਾਤੁਰ ਹੋ ਕੇ ਸੋਗੀ ਅਵਸਥਾ ਨੂੰ ਉਸਰ ਕੋਸ ਰੂਪ ਦੇ ਚ ਉਹਨੂੰ ਉਹਨੂੰ ਜੀਣ ਵਾਸਤੇ ਤੁਰ ਪੈਂਦਾ ਬਾਬਾ ਜੀ ਕਹਿੰਦੇ ਹੈ ਅਗਨੀ ਹੈ ਇਹ ਗਾਹ ਬਗਾਹ ਵਿਆਪਦੀ ਹੈ ਪਰ ਜਿਹਦਾ ਮਨ ਪ੍ਰਭੂ ਚਰਨਾਂ ਚ ਪੂਰੀ ਤਰ੍ਹਾਂ ਰੱਪ ਗਿਆ ਆ ਉਹਨੂੰ ਇਹ ਚੀਜ਼ ਆ ਕੇ ਪੁੰਦੀ ਨੇਗੀ ਇਹਨੂੰ ਚੜਦੀ ਕਲਾ ਸਰੀਰ ਕਾਲੀਕ ਹਾਇਰ ਸਪਿਰਿਟ ਦੇ ਵਿੱਚ ਰਹਿਣਾ ਹਾਂ ਸਿਚੁਏਸ਼ਨਸ ਹੋਣਗੀਆਂ ਸਥਿਤੀਆਂ ਹੋਣਗੀਆਂ ਉਹਨਾਂ ਦਾ ਮੁਕਾਬਲਾ ਵੀ ਕਰੇਗਾ ਕਿਤੇ ਰਿਜ਼ਲਟਸ ਉਹਦੇ ਅਕੋਰਡਿੰਗਲੀ ਆਉਣਗੇ ਕਿਤੇ ਨਹੀਂ ਵੀ ਆਉਣਗੇ ਪਰ ਸੋਗ ਨਹੀਂ ਉਹਨੂੰ ਇਸ ਗੱਲ ਦਾ ਚੋਰਾ ਨਹੀਂ ਹੋਏਗਾ ਕਿ ਹਾਂ ਮੈਂ ਮਤਲਬ ਉਸ ਰੂਪ ਵਿੱਚ ਕੁਝ ਗਲਤ ਹੋ ਗਿਆ ਜਾਂ ਮੇਰੇ ਮੈਂ ਉਸ ਲੈਵਲ ਤੇ ਜਿਹੜਾ ਹੈਗਾ ਮੈਂ ਖੁਸ਼ ਨਹੀਂ ਹੈਗਾ ਨਾ ਉਹਨੂੰ ਉਹ ਮਾਲਕ ਨੇ ਜਿਹੋ ਜਿਹਾ ਮਾਹੌਲ ਬਣਾਇਆ ਮੈਂ ਆਪਣਾ ਯੋਗਦਾਨ ਕੀਤਾ ਕੰਟ੍ਰਿਬਿਊਟ ਕੀਤਾ ਦੈਟਸ ਮਾਈ ਕੰਟ੍ਰਿਬਿਊਸ਼ਨ ਐਂਡ ਆਈ ऍम ਡੂਇੰਗ ਇਟ ਵਾਟ ਏਵਰ ਕੈਪੈਸਿਟੀ ਆਈ ਹੈਵ ਦੈਟਸ ਇਨਫ ਇੱਕ ਸਪਿਰਿਟ ਆ ਸਾਹਿਬ ਕਹਿੰਦੇ ਸੋਗ ਅਗਰ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਸਾਧੂ ਸੰਗੇ ਤੇ ਸਾਧੂ ਗੁਰੂ ਸਾਧੂ ਦੀ ਗੱਲ ਕੀਤੀ ਗਈ। ਪਵ ਸਾਗਰ ਆਪਾਂ ਜਿੰਨੀਆਂ ਗੱਲਾਂ ਕੀਤੀਆਂ ਨੇ ਵਿਚਾਰਾਂ ਨੇ ਸਾਰੀਆਂ ਤੇ ਵਿਚਾਰਾਂ ਇਸ ਤਰ੍ਹਾਂ ਜਾਣੀਏ ਕਿ ਹਰ ਵਕਤ ਚੰਗੀਆਂ ਤੇ ਨਹੀਂ ਮਿਲਦੀਆਂ ਆਲੇ ਦੁਆਲੇ ਤੋਂ ਮਾੜੀਆਂ ਵੀ ਮਿਲ ਜਾਂਦੀਆਂ ਨੇ। ਮਾੜੀਆਂ ਵਿਚਾਰਾਂ ਬਲਕੇ ਜ਼ਿਆਦਾ ਮਿਲਦੀਆਂ ਨੇ। ਸਾਡਾ ਜਿੱਥੇ ਸੰਗ ਆ ਜਿੱਥੇ ਸਾਡੀ ਕੰਪਨੀ ਹੈ ਉਹੀ ਚੀਜ਼ ਸਾਨੂੰ ਫਿਰ ਸਾਡੀ ਸੋਚ ਨੂੰ ਘਟਦੀ ਹੈ। ਅਕਸਰ ਹੁੰਦਾ ਬੰਦਾ ਬਹਿਰੂਨੀ ਕੰਪਨੀ ਨੂੰ ਓਪਨਲੀ ਐਕਸੈਪਟ ਕਰ ਲੈਂਦਾ ਤੇ ਉਹਦੇ ਹੀ ਆਈਡੀਓਲੋਜੀ ਉਹਦੇ ਹੀ ਵਿਚਾਰ ਰਾਏ ਆਪਣੇ ਅੰਦਰ ਲੈ ਲੈਂਦਾ ਬਾਬਾ ਜੀ ਨੇ ਕਿਹਾ ਨਾ ਤੂੰ ਨਾ ਗੁਰੂ ਸਾਧੂ ਦਾ ਸੰਗ ਕਰਨਾ ਹੈ ਜੈਸਾ ਮਰਜੀ ਆਲਾ ਦਵਾਲਾ ਹੋਏ ਵਿਚਾਰਕ ਤੌਰ ਤੇ ਮੇਰੀ ਜਿਹੜੀ ਪ੍ਰੇਰਣਾ ਇਨਸਪੀਰੇਸ਼ਨ ਹੈ ਮੇਰਾ ਗੁਰੂ ਹੈ ਇਹੋ ਜਿਹਾ ਕਮਿਟਮੈਂਟ ਹੋਏ ਆਪਣੇ ਆਪ ਨਾਲ ਹੋ ਜਾਂਦਾ ਹੈ ਜੇ ਆਪਾਂ ਲਗਾਤਾਰ ਪੜਾਂਗੇ ਸਮਝਾਂਗੇ ਸੁਣਾਂਗੇ ਹਰ ਗੱਲ ਨੂੰ ਫਿਰ ਬਾਣੀ ਦੇ ਆਸ਼ੇ ਮੁਤਾਬਕ ਮੈਜਰ ਕਰਾਂਗੇ ਬਾਣੀ ਕੀ ਕਹਿ ਰਹੀ ਹੈ ਇਹਦੇ ਅਕੋਰਡਿੰਗਲੀ ਆਪਾਂ ਸੋਚਣਾ ਇਹਦੇ ਅਕੋਰਡਿੰਗਲੀ ਆਪਾਂ ਨੇ ਕਰਨਾ ਗੁਰੂ ਮਹਾਰਾਜ ਕਹਿੰਦੇ ਜਿਸ ਨੇ ਕਰ ਲਿਆ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਨਿਰਪਉ ਨਾਮ ਇਹ ਨਾਮ ਨਿਰਪਉ ਪੈ ਰਹਿਤ ਬਿਲਕੁਲ ਡਰ ਰਹਿਤ ਕਰ ਦਿੰਦਾ ਸਾਨੂੰ ਡਰ ਜੇ ਧਿਆਨ ਨਾਲ ਦੇਖੀਏ ਨਾ ਹਰ ਤਰ੍ਹਾਂ ਦੀ ਚਿੰਤਾ ਫਿਕਰ ਸੋਗ ਜੋ ਕੁਝ ਵੀ ਇਹਦਾ ਇਹਦਾ ਜਿਹੜਾ ਮੂਲ ਆ ਜਿਹੜਾ ਰੂਟ ਆ ਇਹਦਾ ਸੀਡ ਆ ਉਹ ਡਰ ਹੈ ਡਰ ਹੀ ਸਭ ਕਾਸੇ ਨੂੰ ਕਰਾ ਰਿਹਾ ਹੈ ਜਿੱਥੇ ਡਰ ਖਤਮ ਹੋ ਗਿਆ ਤੇ ਡਰ ਪਰੋਸੇਤ ਨਾਲ ਖਤਮ ਹੁੰਦਾ ਹੈ ਆਪ ਦੇਖੋਗੇ ਆ ਬੱਚੇ ਕਿਤਨਾ ਕਿਤੇ ਕੁਝ ਦਿਨੇ ਕੁਝ ਦੇਖ ਲਿਆ ਖਾਸ ਕਰਕੇ ਟੀਵੀ ਵਗੈਰਾ ਜਿ ਕਿਤੇ ਕੋਈ ਹਾਰਰ ਸੀਨ ਆ ਗਿਆ ਕਿਤੇ ਕੋਈ ਅਸਕੇਰੀ ਕਾਈਂਡ ਆਫ ਕੋਈ ਮੈਸੇਜ ਸੀ ਪਰਸੀਵ ਕਰ ਲਿਆ ਤੇ ਜਿਵੇਂ ਸੌਣ ਲੱਗਦੇ ਅਨਕੌਂਸ਼ੀਅਸ ਮਾਈਂਡ ਉਸ ਚੀਜ਼ ਨੂੰ ਫਿਰ ਸਾਹਮਣੇ ਲਿਆ ਆਉਂਦਾ ਡਰ ਜਾਂਦੇ ਸੁਪਨੇ ਦੇ ਵਿੱਚ ਰੋਂਦੇ ਵੀ ਬੱਚੇ ਆਪਨੇ ਦੇਖਿਆ ਹੋਵੇਗਾ ਫਿਰ ਕੀ ਹੁੰਦਾ ਸਿਆਣਾ ਮਾਂ ਬਾਪ ਜਿਹੜਾ ਉਹਨੂੰ ਉਠਾਉਂਦਾ ਉਠਾ ਕੇ ਕਹਿੰਦਾ ਵੀ ਆਹ ਦੇਖ ਮੈਂ ਕੋਲ ਆ ਤੇਰੇ ਡੋਂਟ ਵਰੀ ਜਿਵੇਂ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਓਛਾ ਅੱਛਾ ਮਾਂ ਕੋਲ ਹੀ ਆ ਮੇਰੇ ਪਿਤਾ ਕੋਲ ਉਹ ਇਟਸ ਓਕੇ ਫਿਰ ਕੋਈ ਡਰਨ ਦੀ ਗੱਲ ਨਹੀਂ ਬਸ ਆਹੀ ਹੈ ਮੈਨੇਜਰਾ ਹੈ ਨਾ ਇਹਨੂੰ ਸਾਹਿਬ ਨੇ ਕਿਹਾ ਕਿ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਭਇਆ ਪਿਖਾਰੀ ਅਛਦ ਰਾਜ ਵਿਚਰੂ ਦੁਖ ਪਾਇਆ ਸੋਗਤ ਪਈ ਹਮਾਰੀ ਉਹ ਰਾਜਾ ਸਿੰਘਾਸਨ ਤੇ ਬੈਠਾ ਉਹਨੂੰ ਲੱਗ ਸੁਪਨਾ ਆ ਗਿਆ ਸੁਪਨੇ ਜੋ ਹੋ ਸਭ ਕੁਝ ਉਖੜ ਗਿਆ ਉਜੜ ਗਿਆ ਮੈਂ ਪਖਾਰੀ ਰੋਈ ਜਾ ਰਿਹਾ ਕੋਈ ਹਲੂਣਾ ਦੇ ਕੇ ਉਠਾਉਂਦਾ ਖਬਰਾ ਨਾ ਕੋਲੀਆਂ ਅੰਦਰ ਇਕ ਸਾਧੂ ਕਰਦਾ ਗੁਰੂ ਸਾਧੂ ਕਰਦਾ ਵਿਚਾਰ ਕਰਦੇ ਉਹਦੇ ਨਿਰਪਉ ਨਾਮ ਜਪੋ ਹਰ ਰੰਗੇ ਉਹ ਹਰੀ ਰੰਗ ਦਾ ਅਸਲ ਜਿਹੜੀ ਉਹਦੀ ਮੰਜ਼ਰੀਅਰਤਾ ਹੈ ਜਿਹੜੀ ਉਹਦੀ ਐਕਚੁਅਲ ਲੈਵਲ ਤੇ ਜਿਹੜਾ ਉਹਦਾ ਵਿਜ਼ਨ ਹੈ ਉਹ ਸਾਨੂੰ ਪ੍ਰੋਵਾਈਡ ਕਰ ਦਿੰਦਾ ਪਰ ਤਨ ਦੋਖਿ ਚ ਪਾਪ ਨਾ ਫੇੜੇ ਪ੍ਰਾਇਆ ਤਨ ਪ੍ਰਾਇਆ ਧਨ ਇਹ ਤੱਕਣ ਦੀ ਪ੍ਰਵਿਰਤੀ ਖਤਮ ਹੋ ਗਈ ਇਹਦਾ ਦੋਖ ਫਿਰ ਛੂੰਦਾ ਨਹੀਂ ਆਕੇ ਜਮ ਜੰਦਾਰ ਨਾ ਆਵੇ ਨੇੜੇ ਜਮਾਂ ਦੀ ਮਾਰ ਪਾਪਾਂ ਚੋਂ ਪੈਂਦੀ ਹੈ ਪਾਪਾਂ ਦੀ ਪ੍ਰਵਿਰਤੀ ਨਾਸ ਹੋ ਗਈ ਜਮਾਂ ਦਾ ਮਾਰਗ ਹੀ ਛੁੱਟ ਗਿਆ ਅੰਤਰੀ ਲਾਇਨਾ ਬਿਲਕੁਲ ਤ੍ਰਿਸ਼ਨਾ ਅਗਨ ਪ੍ਰਭਾ ਬੁਝਾਈ ਤ੍ਰਿਸ਼ਨਾ ਜੋ ਕੋਲਿਆ ਉਹ ਦਿਸੇ ਨਾ ਜੋ ਕਿਸੇ ਲੈਵਲ ਤੇ ਵੀ ਕੋਈ ਚੀਜ਼ ਲੱਗਦੀ ਹੈ ਮਿਲ ਜਾਏ ਉਹਦਾ ਹੀ ਸਿਮਰਨ ਚੱਲੀ ਜਾਏ ਤ੍ਰਿਸ਼ਨਾ ਇਹ ਬੰਦੇ ਦੇ ਕੋਲ ਸਭ ਕੁਝ ਹੋ ਕੇ ਵੀ ਬੇਮਾਨੀ ਕਰ ਦਿੰਦੀ ਹੈ 10 ਵਸਤੂ ਲੈ ਪਾਛੇ ਪਾਵੇ ਜੋ ਕੋਲ ਦਿਸਦਾ ਹੀ ਨਹੀਂ ਤ੍ਰਿਸ਼ਨਾ ਬਿਲਕੁਲ ਬੰਦੇ ਨੂੰ ਬਲਾਈਂਡ ਕਰ ਦਿੰਦੀ ਹੈ ਇਈ ਐਸੀ ਅਗਨੀ ਆ ਜਿਹੜੀ ਸਾੜਦੀ ਹੈ ਸਾਬ ਕਹਿੰਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਏ ਪ੍ਰਭੂ ਨੇ ਨਾ ਨਾਮ ਦਾ ਪਾਣੀ ਪਾ ਕੇ ਉਸ ਨੂੰ ਉਸ ਲੈਵਲ ਤੇ ਸ਼ੀਤਲਤਾ ਦੇ ਕੇ 부ਝਾ ਦਿੱਤਾ ਨਾਨਕ ਉਧਰੇ ਪ੍ਰਭ ਸ਼ਰਨ ਆਈ ਹੈ ਨਾਨਕ ਸਾਡਾ ਉਧਾਰ ਪ੍ਰਭੂ ਦੀ ਸ਼ਰਨ ਉਹਦੀ ਵੰਦਨਾ ਵਿੱਚ ਹੈ ਪਰ ਵੰਦਨਾ ਸਹੀ ਹੋਏ ਵੰਦਨਾ ਵਿਖਾਵਾ ਨਹੀਂ ਵੰਦਨਾ ਸਿਰਫ ਇੱਕ ਬਣਾਇਆ ਹੋਇਆ ਗੈਸਚਰ ਨਹੀਂ ਵੰਦਨਾ ਐਕਚੁਅਲ ਲੈਵਲ ਤੇ ਉਹਦੇ ਗੁਣਾਂ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਨਾ ਹੈ ਜੋੜਨਾ ਹੈ ਸਾਬ ਰਹਿਮਤ ਕਰਨ ਇਹਨਾਂ ਆਲਮੀ ਵਾਕਾਂ ਦੀ ਸੋ ਜੀ ਸਾਡੀ ਸੁਰਤ ਪਕੜੇ ਦਿਲੀ ਦੁਆ ਹੈ ਇਨੀਆਂ ਕ ਬੇਨਤੀਆਂ ਨਾਲ ਖਿਮਾ ਬੁਲਾਂ ਗਲਤੀਆਂ ਨਾਲ ਚਤਾਰਨੀਆ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ